ਕਰਦੇ ਆ ਉਹ ਮੇਰੀ ਅੱਖੀ ਦੇਖੀ ਦੀ ਗੱਲ ਆ। ਇਹਨਾਂ ਨੇ ਘਰੇ ਲੜਾਈ ਪਾ ਕੇ ਸਭ ਕੁਝ ਤੋੜ ਕੇ ਤੇ ਅੱਖੀ ਮੇਰੇ ਦੇਖੇ ਦੀ ਗੱਲ ਆ, ਮੈਨੂੰ ਹੋਸ਼ ਦੀ ਗੱਲ ਆ, ਮੇਰੇ ਆਪਣੇ ਕੱਪੜੇ ਪਾੜ ਕੇ ਥਾਣੇ ਜਾ ਕੇ ਪਰਚਾ ਕਰਾਇਆ, ਠੀਕ ਆ। ਬਾਕੀ ਇਹ ਕਹਿੰਦੇ ਸਾਈਕਲ ਚੋਰੀ ਹੋਇਆ, ਸਾਈਕਲ ਚੋਰੀ ਨਹੀਂ ਹੋਇਆ, ਸੋਰੀ ਵੇਚਿਆ, ਸਾਈਕਲ ਵੇਚਿਆ ਨਹੀਂ, ਸਾਈਕਲ ਚੋਰੀ ਹੋਇਆ, ਠੀਕ ਆ। ਉਸ ਤੋਂ ਪਹਿਲਾਂ ਜਿਹੜੇ ਕਹਿੰਦੇ ਆ ਕਿ ਸਭ ਕੁਝ ਵੇਚ ਦਿੱਤਾ, ਬਾਕੀ ਸਾਹਿਬ ਦੋ ਸਕੂਟਰ ਉਹਨੇ ਉਸ ਟਾਈਮ ਦੇ ਨਾਲ ਆਪਾਂ ਕਹਿ ਦਈਏ ਲਾਈਕ ਅਰਲੀ 90s ਦੇ ਵਿੱਚ ਦੋ ਸਕੂਟਰ ਰੱਖਣਾ ਬਹੁਤ ਵੱਡੀ ਗੱਲ ਹੁੰਦੀ ਸੀ। ਦੋ ਸਕੂਟਰ ਉਹਨਾਂ ਨੇ ਵੇਚ ਕੇ ਘਰ ਦੇ ਉੱਤੇ ਲਾਏ ਕਿਉਂਕਿ ਘਰ 'ਚ ਲੜਾਈ ਰਹਿੰਦੀ ਸੀਗੀ। ਬਾਕੀ ਇਹ ਕਹਿੰਦੇ ਜਿਹੜੇ ਪੈਸੇ ਦਿੱਤੇ ਆ, ਪੈਸੇ ਦਿੰਦੇ ਸਾਰ ਹੀ ਸਭ ਤੋਂ ਪਹਿਲਾਂ ਪੈਸੇ ਇਹਨਾਂ ਨੂੰ ਵਾਪਸ ਕੀਤੇ ਜਦੋਂ ਵੀ ਡੈਡੀ ਮੇਰੇ ਪਹੁੰਚੇ। ਦੂਜੀ ਗੱਲ ਇਹ ਕਹਿੰਦੇ ਪਾਰਟੀ ਤੇ ਨਹੀਂ ਸੱਦਿਆ, ਬਾਕੀ ਸਾਹਿਬ ਪਾਰਟੀ ਦੇ ਉੱਤੇ ਆਪਣੇ ਮਾਮੇ ਨੂੰ ਸੱਦਿਆ ਸੀ, ਇਹਨਾਂ ਨੂੰ ਕਿਉਂ ਨਹੀਂ ਸੱਦਿਆ ਉਹ ਇਹਨਾਂ ਨੂੰ ਵੀ ਪਤਾ। ਇਹਨਾਂ ਨੇ ਬਾਕੀ ਸਾਹਿਬ ਉਹ ਗਾਲਾਂ ਕੱਢੀਆਂ ਮੇਰੀ ਮਾਂ ਨੂੰ, ਮੇਰੇ ਪਿਓ ਨੂੰ। ਇੱਕ ਬੰਦਾ ਤੁਹਾਨੂੰ ਦਿਨ ਰਾਤ ਗਾਲਾਂ ਕੱਢਦਾ ਤੁਹਾਡੇ ਥਾਣਿਆਂ 'ਚ ਨਾਮ ਲਓ, ਜਦਕਿ ਅਸੀਂ ਉੱਥੇ ਹੁੰਦੇ ਵੀ ਨਹੀਂ ਸੀਗੇ, ਸਾਡਾ ਤਾਂ ਵੀ ਮੇਰੀ ਮਾਂ ਨੂੰ ਕਹਿਣਾ ਇਹ ਆ ਗਈ ਆ, ਇਹ ਚਲੋ ਇਹਦਾ ਵੀ ਨਾਮ ਲਿਖਾਓ। ਮਤਲਬ ਮੈਨੂੰ ਪੁੱਤਾਂ ਸਿੱਧਾ ਬੋਲਣਾ, ਤੇ ਚਲੋ ਮੈਂ ਛੋਟਾ ਸੀ ਯਾਰ, ਮੈਂ ਤੁਹਾਨੂੰ ਕੀ ਕਹਿੰਦਾ। ਹੋਲਡ ਰੱਖੋ, ਇੱਕ ਸੈਕਿੰਡ ਹੋਲਡ ਰੱਖੋ, ਹੁਣ ਹੋਲਡ ਰੱਖੋ, ਅਮਰਜੀਤ ਨਾਲ ਗੱਲ ਕਰਦੇ ਹਾਂ, ਗੱਲ ਕਰੋ, ਹੋਲਡ ਰੱਖੋ। ਅਮਰਜੀਤ ਜੀ, ਤੁਹਾਡਾ ਜਿਹੜਾ ਭਾਣਜਾ ਹੈ ਉਹ ਤੁਹਾਡੇ ਦੋਸ਼ ਲਾ ਰਿਹਾ ਕਿ ਤੁਸੀਂ ਉਸਨੂੰ ਤੁਹਾਨੂੰ ਫੰਕਸ਼ਨ ਦੇ ਨਾ ਸੱਦਣ ਦੇ ਕਾਰਨ ਤੁਸੀਂ ਉਹਦੀ ਮਾਤਾ ਨੂੰ, ਤੁਸੀਂ ਆਪਣੀ ਨਣਾਨ ਨੂੰ ਗਲਤ ਬੋਲਦੇ ਸੀ। ਭਾਜੀ ਇਹਨੂੰ ਮੁੰਡੇ ਕੋਲ ਤੇਰੇ ਸਾਹਮਣੇ ਹੋਵੇ, ਮੇਰੇ ਸਾਹਮਣੇ ਹੋਵੇ, ਇਹਦੀ ਮਾਂ ਜੁੱਤੀ ਲੈ ਕੇ ਚਾਰ ਵਾਰੀ ਮੈਨੂੰ ਕੁੱਟ ਕੇ ਗਈ ਹੈ। ਫਿਰ ਮੇਰੇ ਇੱਕ ਵਾਰੀ ਤਾਂ ਮੇਰਾ ਵੱਡਾ ਮੁੰਡਾ ਹੋਣ ਵਾਲਾ ਸੀ, ਇਹ ਤਾਂ ਜੰਮਿਆ ਹੀ ਸੀ ਮੁੰਡਾ ਭਾਜੀ। ਉਦੋਂ ਜਦੋਂ ਇਹਦੀ ਮਾਂ ਨੇ ਮੇਰੇ ਚਪੇੜਾਂ ਮਾਰੀਆਂ, ਮੇਰੀ ਕੁਦਰਤੀ ਦਾਦੀ ਇੱਥੋਂ ਆ ਗਈ ਭਾਜੀ, ਮੇਰੀ ਦਾਦੀ ਬਹੁਤ। ਤੁਸੀਂ ਇੱਕ ਮਿੰਟ, ਤੁਸੀਂ ਕਿਸ਼ਨਪੁਰੇ ਮਹੱਲੇ 'ਚ ਚੱਲੋ, ਤੁਹਾਨੂੰ ਜੇ ਕੋਈ ਬੰਦਾ ਕਹਿ ਜੇ ਬੰਦਾ ਇਹ ਗੱਲਾਂ ਮਾਰਦਾ, ਇਹਦਾ ਪਿਓ ਪਿੱਛੇ ਤਾਂ ਸਾਰੇ ਉੱਜੜੇ ਆ, ਇਹਦਾ ਪਿਓ ਪਿੱਛੇ ਉੱਜੜੇ ਆ। ਇਹਨੂੰ ਪੁੱਛੋ ਭਾਜੀ, ਇਹਨੂੰ ਪੁੱਛੋ, ਇਹ ਮੁੰਡੇ ਦੀ, ਇਹ ਮੁੰਡਾ ਸਾਡੇ ਘਰ ਆਇਆ ਹੋਇਆ ਗੈਸ ਸਿਲੰਡਰ ਜਾ ਕੇ ਚੋਰੀ, ਇਹ ਜਾ ਕੇ ਭਰੋੜ ਗਿਆ, ਵੇਚ ਆਉਂਦਾ ਸੀ ਸਿਲੰਡਰ, ਹੈ ਇਹ ਮੁੰਡਾ ਆਇਆ। ਮੈਂ ਆਪਣੀ ਦਰਾਣੀ ਦੇ ਚੁੱਲ੍ਹੇ ਦੇ ਉੱਤੇ ਦੋ ਫੁਲਕੇ ਲਾਉਣ ਲੱਗੀ ਆ, ਮੇਰੀ ਜਠਾਣੀ ਨੇ ਝੂਠੀ ਗੱਲ ਕਰਤੀ ਇਹਦੀ ਮਾਂ ਨੂੰ ਵੀ ਤੇਰੇ ਮੁੰਡੇ ਨੂੰ ਕੁੱਟਿਆ। ਇਹਦੀ ਮਾਂ ਜੁੱਤੀ ਲੈ ਕੇ ਉੱਥੋਂ, ਜੁੱਤੀ ਲੈ ਕੇ ਇਹਦੀ ਮਾਂ ਮੈਨੂੰ ਪਿੱਛੋਂ ਆਣ ਕੇ ਮਾਰੀ, ਇਹਨੇ ਜੁੱਤੀ ਇਹਦੀ ਮਾਂ ਨੇ, ਸਾਰਾ ਟੱਬਰ ਮੇਰੇ ਹੱਥੀ ਪੈਂਦੇ ਸੀ ਭਾਜੀ। ਇਹ ਮਾੜੀ ਗੱਲ ਕਹਿੰਦੇ ਨਾ, ਤੁਹਾਡੀ ਮਦਰ ਨੇ ਜਿਸ ਤਰ੍ਹਾਂ ਕੀਤਾ ਤੇ ਮਾੜੀ ਗੱਲ ਹੈ। ਅਰੇ ਬੰਦਾ ਜਿੰਦੇ ਝੂਠ ਬੋਲਦਾ ਮੇਰੇ ਸਾਹਮਣੇ ਹੋਵੇ ਨਾ, ਇਹਦੇ ਸਾਹਮਣੇ ਹੋਵੇ ਇਹਦੇ ਮਾਪਿਆਂ ਨੂੰ ਪਤਾ ਚੱਲ ਜਾਂਦਾ ਇਹਨਾਂ ਦੇ ਅੰਦਰ, ਇਹਨਾਂ ਦੇ ਅੰਦਰ ਦਾ ਵਾਪਸ ਜਿਹੜਾ ਸੀ ਉਹ ਤਾਂ ਹੀ ਨਾਲ ਕਿਹਾ ਇਹਨਾਂ ਦੇ ਘਰੇ ਨਹੀਂ ਸੀ, ਜਿਹੜੀ ਉਹਨਾਂ ਦੇ ਕਮਰੇ 'ਚ ਨਹੀਂ ਸੀ ਵਾਪਸ ਇਹਨਾਂ ਦੇ, ਕਿਉਂਕਿ ਸਾਨੂੰ ਪਤਾ ਵੀ ਨਿਆਣੇ ਵਾਲਾ ਨਿਆਣੇ ਵੀ ਅਸੀਂ ਖੇਡਦੇ ਸੀ ਨਾ, ਤੇ ਇਹਨਾਂ ਨੂੰ ਉਸ ਗੱਲ ਤੋਂ ਵੀ ਮਤਲਬ ਮੇਰੀ ਸਿਹਤ ਵਧੀਆ ਸੀ ਸ਼ੁਰੂ ਤੋਂ ਹੀ, ਇਹਨਾਂ ਨੇ ਕਦੀ ਕਹਿਣਾ ਆ ਗਿਆ ਸਿਲੰਡਰ, ਆ ਗਿਆ ਮੋਟਾ, ਆ ਗਿਆ ਉਹ, ਮੈਂ ਇੱਥੇ ਮੇਰੇ ਅੰਦਰ ਨਹੀਂ ਸੀ ਵੜਦੇ ਹੁੰਦੇ, ਅਸੀਂ ਘਰ ਕਮਰੇ 'ਚ ਨਹੀਂ ਸੀ ਵੜਦੇ ਹੁੰਦੇ। ਤੁਹਾਨੂੰ ਬਾਪੂ ਸਾਹਿਬ ਜੋ ਗੱਲਾਂ ਕਰਨੀਆਂ ਤੇ ਗੱਲਾਂ ਨੂੰ ਸਾਹਮਣੇ ਰੱਖਣਾ ਬਹੁਤ ਅਲੱਗ ਚੀਜ਼ਾਂ। ਮੇਰੇ ਭਰਾਵਾਂ ਨੇ ਆ ਕੇ ਵੀ ਉਹਨੂੰ ਕਿੰਨੀ ਵਾਰੀ ਕੁੱਟਿਆ ਦੱਸ ਦੇ, ਕਿੰਨੀ ਕੁ ਵਾਰੀ ਮੇਰਾ ਸ਼ੀਰਾ ਬਦਮਾਸ਼ ਕਰਦੀ ਸ਼ਹਿਰ ਵੇਲੇ, ਠੀਕ ਆ। ਤੇ ਬਾਪੂ ਸਾਹਿਬ ਤੋਂ ਬਾਕੀ ਰਹੀ ਗੱਲ, ਇਹ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਬਾਪੂ ਸਾਹਿਬ ਕਹੀ ਸੀਗੀ, ਬਈ ਮੈਨੂੰ ਆਪਣੇ ਮਾਮੇ ਦਾ ਜਦੋਂ ਪਤਾ ਲੱਗਾ ਸੀ ਤਾਂ ਉਸ ਬੰਦੇ ਤੁਸੀਂ ਮੈਨੂੰ ਕਿਹਾ ਗੱਲ ਕਰਦਾ ਤੂੰ, ਮੈਂ ਤੁਹਾਨੂੰ ਉਦੋਂ ਵੀ ਕਿਹਾ ਬਾਪੂ ਸਾਹਿਬ ਮੈਂ ਗੱਲ ਨਹੀਂ ਕਰਦਾ, ਠੀਕ ਆ। ਪਰ ਆਪਣਾ ਉਹੀ ਗੱਲ ਆ ਕਿ ਆਪਾਂ ਇੱਕ ਆ ਚੀਜ਼ਾਂ ਨੂੰ ਵਾਰ ਵਾਰ ਸਿਲੰਡਰ ਵੇਚਿਆ, ਸਿਲੰਡਰ ਉਹਦਾ ਬਿਜ਼ਨਸ ਸੀਗਾ ਉਸ ਸਿਲੰਡਰਾਂ ਦਾ, ਮੈਂ ਦੱਸਿਆ ਸਾਹਮਣੇ ਧਮਕੀਆਂ ਦੇ ਰਹੀ ਆ ਤੇ ਉਹ ਕਿਸੇ ਸਾਹਮਣੇ ਆ। ਤੁਹਾਨੂੰ ਕੋਈ ਬੰਦਾ ਕਹਿ ਦੇ ਵੀ ਰੋਜ਼ ਦਿਹਾੜੀ ਇਹ ਨਹੀਂ ਸੀ ਕੁੱਟ ਕਟਾਪਾ, ਮੇਰੇ ਕੋਲ ਥਾਣੇ ਦੇ ਪਰਚੇ ਨੇ ਵਿੱਚ ਥਾਣੇ ਦੇ, ਤੁਸੀਂ ਮੰਨਿਆ ਤੇ ਕਹਿ ਦੋ। ਇੱਕ ਸੈਕਿੰਡ, ਹੋਲਡ ਔਨ ਹੋਲਡ ਔਨ, ਬੋਥ ਪਾਰਟੀ ਸਟਾਪ ਇਟ ਪਲੀਜ਼, ਸਟਾਪ ਇਟ, ਬੋਥ ਪਾਰਟੀ ਚੁੱਪ ਕਰੋ ਇੱਕ ਮਿੰਟ, ਗਗਨ ਚੁੱਪ ਕਰ ਜਾ, ਭੈਣ ਜੀ ਅਮਰਜੀਤ ਇੱਕ ਮਿੰਟ ਹੋਲਡ ਕਰਨਾ, ਤੁਸੀਂ ਚੁੱਪ ਕਰਨਾ, ਬੇਨਤੀ ਆ।
इस वेले थोड़े पति परमेश्वर दी सेहत बहुत ज्यादा खराब है। नहीं परमेश्वर नहीं पाजी, मेरा सोना खा गया, मेरे सिर के विच तवा मार के 12 टांके मेरे सिर च लगे, 6 टांके मेरे मुंडे दे सिर च जुत्तियां मार के लगे। तुसी 8 नंबर थाने दे परचे कढ़ा लो मेरे कोलों। ਨਾ ਤੁਹਾਡੇ ਸਰ ਇੱਕ ਮਿੰਟ ਕਿੱਥੇ ਬੋਲਦਾ ਵਾ ਇਹਦੇ ਪਿਓ ਪਿੱਛੇ ਤਾਂ ਉੱਜੜਿਆ। ਇੱਕ ਸੈਕਿੰਡ ਮਾਤਾ ਜੀ, 2 ਲੱਖ ਰੁਪਏ ਆਪਣੇ ਛੋਟੇ ਮਾਮੇ ਦੇ ਮੁੰਡੇ ਨੂੰ ਦਿੱਤਾ, ਇਹਨੇ ਵੱਡੇ ਮਾਮੇ ਦੇ ਮੁੰਡੇ ਨੂੰ ਮਦਦ ਕੀਤੀ, ਇਹਦੇ ਵਾਰੀ ਇਹਨਾਂ ਨੂੰ ਕੀ ਹੁੰਦਾ ਬਾਜੀ? ਮਾਤਾ ਜੀ ਇੱਕ ਸੈਕਿੰਡ ਹੈ ਤੁਹਾਡੇ, ਮੈਨੂੰ ਬਾਜੀ ਨਾ ਮੇਰੀ ਬਾਜੀ ਗੱਲ ਸੁਣੋ, ਸਾਹਮਣੇ ਹੋਵੋ ਨਾ ਮਜ਼ਾ ਆਉਂਦਾ ਗੱਲਾਂ ਦਾ, ਤਾਂ ਸੁਣੋ ਨਾ। ਤੁਸੀਂ ਮਜ਼ਾ ਲੈਣਾ ਆਇਆ ਜਾਂ ਤੁਸੀਂ ਦੁੱਖ ਸੁਣਨ ਆਇਆ? ਤੁਸੀਂ ਮਜ਼ਾ ਲੈਣਾ ਗੱਲਾਂ ਕਰਕੇ ਜਾਂ ਤੁਸੀਂ ਦੁੱਖ ਸੁਣਨ ਆਇਆ? ਦੇਖੋ ਜਿਹੜੀ ਜਿਹੜੀ ਜਨਾਨੀ 60 ਸਾਲ ਦੀ ਉਮਰ ਚ ਇਦਾਂ ਬੋਲਦੀ ਪਈ, ਉਹ ਜਵਾਨੀ ਚ ਕਿੰਨੇ ਕੁੱਟ ਕਰ ਦਿੰਦੀ ਆ ਮੇਰੇ ਸਾਹਮਣੇ। ਆ ਸਾਹਮਣੇ ਹੋਣਾ, ਮੈਂ ਤੁਹਾਨੂੰ ਦੱਸਾਂ ਸੱਚੀਆਂ ਝੂਠੀਆਂ ਨਹੀਂ ਨੇ। ਤੁਸੀਂ ਆਪ ਜਾਣੇ ਆ ਬਾਪੀ ਦਾ, ਤੁਹਾਡਾ ਰੋਜ਼ ਦਾ ਤਜਰਬਾ, ਰੋਜ਼ ਤੁਹਾਡੀ ਵੀਡੀਓ ਦੇਖੀ ਦੀ ਆ। ਜਿਹੜੀ ਜਨਾਨੀ 60 ਸਾਲ ਦੀ ਉਮਰ ਚ ਕਿਸੇ ਨੂੰ ਬੋਲਣ ਨਹੀਂ ਦੇ ਸਕਦੀ, ਉਹ ਜਵਾਨੀ ਚ ਕਿਸੇ ਕੋਲ ਕੁੱਟ ਖਾ ਸਕਦੀ ਆ? ਇਹ ਕਹਿੰਦੀ ਕਿ ਮੇਰੇ ਸਿਰ ਵਿੱਚ ਤਵਾ ਮਾਰਿਆ, ਤਵਾ ਮਾਰਿਆ ਕਿ ਮੇਰੇ ਪਤੀ ਨੇ ਮਾਰਿਆ? ਮਾਫੀ ਸਾਹਿਬ, ਜਿਹੜਾ ਬੰਦਾ ਡਰਦਾ ਇਹ ਨਹੀਂ ਕਹਿੰਦਾ ਕਿ ਮੈਂ ਆਪਣੇ ਬੱਚਿਆਂ ਨੂੰ ਕੁਝ ਕਹੂੰਗਾ, ਰਹਿਣ ਦੋ, ਉਹ ਬੰਦਾ ਤਵਾ ਮਾਰ ਸਕਦਾ? ਜਿਹੜਾ ਬੰਦਾ ਆਪਣਾ ਸਭ ਕੁਝ ਵੇਚ ਵੱਟ ਕੇ ਸਾਰੇ ਪੈਸੇ ਇਹਨਾਂ ਦੀ ਝੋਲੀ 'ਚ ਜਾ ਕੇ ਪਾ ਸਕਦਾ, ਉਹ ਤਵਾ ਮਾਰ ਸਕਦਾ? ਜਿਹੜਾ ਬੱਚਾ ਹੁਣ, ਮਾਫੀ ਸਾਹਿਬ ਮੈਂ ਉਹ ਗੱਲਾਂ ਨਹੀਂ ਕਰਨੀਆਂ ਚਾਹੁੰਦਾ, ਮੈਂ ਕਿਸੇ ਦੇ ਕਰੈਕਟਰ 'ਤੇ ਉਂਗਲੀ ਨਹੀਂ ਚੁੱਕਣਾ ਚਾਹੁੰਦਾ। ਉਹ ਬੰਦੇ ਨੇ ਜੋ ਜੋ ਬਰਦਾਸ਼ਤ ਕੀਤਾ ਆ, ਮੈਂ ਉਹ ਚੀਜ਼ ਨਹੀਂ ਕਰਨੀ ਚਾਹੁੰਦਾ, ਕਹਿਣੀ ਚਾਹੁੰਦਾ, ਠੀਕ ਆ? ਕਿਉਂਕਿ ਮੈਂ ਇੱਕ ਲਿਮਿਟ ਰੱਖਦਾ, ਫਿਰ ਵੀ ਇੱਕ ਔਰਤ ਆ, ਮੈਂ ਇੱਕ ਲਿਮਿਟ ਰੱਖਣੀ ਚਾਹੁੰਦਾ, ਤਾਂ ਮੈਂ ਉਸ ਲਿਮਿਟ ਤੋਂ ਬਾਹਰ ਨਹੀਂ ਨਿਕਲਣਾ ਚਾਹੁੰਦਾ। ਤੁਸੀਂ ਸਿਰਫ ਇੰਨਾ ਦੇਖ ਲਓ, ਤੁਹਾਡਾ ਰੋਜ਼ ਦਾ ਤਜਰਬਾ, ਜਿਹੜੀ 60-65 ਸਾਲ ਦੀ ਇੰਨਾ ਕੁਝ ਬੋਲਦੀ ਪਈ ਆ, ਮੇਰੀ ਗੱਲ ਸੁਣੋ ਗੱਲ। ਹਾਂਜੀ ਬੋਲੋ, ਕਹਿੰਦੇ ਆਪਣੇ ਅਮਰਜੀਤ ਭੈਣ ਜੀ ਬੋਲੋ। ਇਹ ਮੁੰਡੇ ਨੂੰ ਕਹੋ ਤੂੰ ਵੀ ਆ ਜਾ ਇੱਥੇ ਜਲੰਧਰ, ਇਹਨੂੰ ਮੁੰਡੇ ਨੂੰ ਕਹੋ ਤੂੰ ਵੀ ਆ ਜਾ ਜਲੰਧਰ, ਤੇ ਜਲੰਧਰ ਕਿਸ਼ਨਪੁਰੇ ਚੌਂਕ, ਕਿਸ਼ਨਪੁਰੇ ਚ ਸਾਡਾ, ਜੇ ਕੋਈ ਕਹਿ ਦੇ ਜੇ ਜਨਾਨੀ ਗਲਤ ਵਾ ਭਾਜੀ, ਜਿਵੇਂ ਕਹੋਗੇ ਅਸੀਂ ਕਰਨ, ਮੈਂ ਕਰਨ ਨੂੰ ਤਿਆਰ ਹਾਂ, ਮੈਂ ਚੈਲੰਜ ਦਿੰਦੀ ਹੈ, ਮੈਂ ਕਰਨ ਨੂੰ ਤਿਆਰ ਹਾਂ। ਪਰ ਮੈਂ 3 ਵਾਰੀ ਮੇਰੇ ਮੁੰਡੇ ਨੇ ਲੱਤ ਜੜਾਈ, ਅੱਜ ਤਾਂ ਫਟਾਫਟ ਬੋਲਣ ਲੱਗ ਪਿਆ, 3 ਵਾਰੀ ਲੱਤ ਜੜਾਈ, 1 ਸਾਲ 'ਚ 2 ਵਾਰੀ ਜੜਾਈਆਂ ਲੱਤਾਂ, 50,000 ਰੁਪਇਆ ਸਾਡਾ ਲੱਗਾ, ਅਸੀਂ ਕੋਈ ਇਹਦੀ ਕਮਾਈ ਨਹੀਂ ਖਾਧੀ, ਅਸੀਂ ਇਹਦੀ ਨਾਨੀ ਕੋਲੋਂ ਹਿੱਸਾ ਨਹੀਂ ਲਿਆ, ਮੇਰੇ ਬੱਚੇ ਰੋਜ਼ ਮਾਰਦਾ ਹਿੱਸਾ ਨਹੀਂ ਲਿਆ, ਸਾਰੇ ਪੈਸੇ ਵਿੱਚ ਜਾ ਕੇ ਤੁਹਾਡੀ ਝੋਲੀ 'ਚ ਪਾਏ ਉਹਨੇ, ਤੇ ਮੁੜ ਕੇ ਤੁਸੀਂ ਉਹਦੀਆਂ ਦਾੜੀਆਂ ਪੱਟੀਆਂ, ਤੂੰ ਬੋਲੀ ਜਾ, ਤੂੰ ਬੋਲੀ ਜਾ, ਮਾਰੇ ਉਹਨੂੰ, ਤੂੰ ਬੋਲੀ ਜਾ, ਤੂੰ ਸਾਹਮਣੇ ਗੱਲ ਕਰ, ਇਹ ਕੰਡੀਆਂ ਨਹੀਂ ਕਰਦਾ ਯਾਰ, ਕਿੰਨਾ ਕਿ ਤੁਸੀਂ ਝੂਠ ਬੋਲੋਗੇ, ਕਿੰਨਾ ਕਿ ਤੁਸੀਂ ਸਾਰੇ ਝੂਠ ਤੇ ਲੱਕ ਬੰਨਿਆ, ਕਿੰਨਾ ਕਿ ਤੁਸੀਂ ਸਾਰਾ ਟੱਬਰ ਮਿਲ ਕੇ ਝੂਠ ਬੋਲ ਲਓਗੇ। ਤੁਹਾਡੇ ਕਹਿੰਦੇ ਹੋ ਭਾਵ ਹੈ ਕਿ ਜਿਹੜੀ ਲੜਾਈ ਹੈ ਇਹ ਸ਼ੁਰੂ ਤੋਂ ਲੜਾਈ ਹੁੰਦੀ ਰਹੀ ਹੈ, ਜਦੋਂ ਬੱਚੇ ਪੈਦਾ ਹੋਏ ਆ ਉਸ ਵੇਲੇ ਦੀ ਲੜਾਈ ਇਹ ਘਰ ਦੇ ਵਿੱਚ ਹੈ। ਬਾਸੀ ਸਾਹਿਬ ਇਹ ਕਹਿੰਦੇ ਨਾ, ਚਲੋ ਜੇ ਬਾਹਲੀ ਗੱਲ ਹੈ, ਜੇ ਤੁਸੀਂ ਮੈਨੂੰ ਪਰਮਿਸ਼ਨ ਦਿੰਦੇ ਮੈਂ ਤੁਹਾਨੂੰ ਖੁੱਲ ਕੇ ਗੱਲ ਹੋਰ ਵੀ ਦੱਸ ਦਿੰਦਾ, ਠੀਕ ਆ? ਜਿਹੜੇ ਕਹਿੰਦੇ ਨਾ ਕਿ ਆਹ ਮੁੰਡਾ ਮੇਰਾ ਵੱਡਾ ਹੋਣ ਵਾਲਾ ਸੀ, ਵੱਡਾ ਮੁੰਡਾ ਤਾਂ ਇਹਨਾਂ ਦਾ ਵਿਆਹ ਤੋਂ ਪਹਿਲਾਂ ਹੋਣ ਵਾਲਾ ਸੀਗਾ, ਜਿੱਥੋਂ ਮੇਰੇ ਮਾਮੇ ਨੇ ਫੇਰ ਵੀ ਐਕਸੈਪਟ ਕੀਤਾ ਕਿ ਕੋਈ ਗੱਲ ਨੀ, ਗੁਰਦੁਆਰੇ ਦੇ ਵਿੱਚ ਬੈਠ ਕੇ ਮੇਰੀ ਫੇਰ ਦੱਸੋ, ਉਹਨੇ ਫੇਰ ਵੀ ਐਕਸੈਪਟ ਕੀਤਾ, ਉਹ ਬੰਦਾ ਕੀ ਹੱਥ ਚੱਕ ਲੂ ਮੈਨੂੰ ਇਹ ਦੱਸੋ ਕਿ ਬਾਬੇ ਨੇ ਮੇਰੀ ਝੋਲੀ 'ਚ ਗੁਰਦੁਆਰੇ 'ਚ ਬਹਿ ਕੇ ਇਹ ਪਾਈ ਆ, ਤੇ ਮੈਂ ਇਹਨੂੰ ਵੀ ਰੱਖਦਾ ਕੋਲ, ਉਹ ਦੱਸੋ ਬੰਦਾ ਕਿਹੜਾ ਹੱਥ ਚੱਕ ਲੂ ਮੈਨੂੰ ਇੰਨਾ ਦੱਸ ਦਿਓ ਤੁਸੀਂ। ਜਿਹੜੀ ਜਨਾਨੀ 65 ਸਾਲ ਦੀ ਉਮਰ ਦੇ ਵਿੱਚ ਕਿਸੇ ਨੂੰ ਬੋਲਣ ਨਹੀਂ ਦਿੰਦੀ ਪਈ, ਉਹ ਕਿਹੜੇ ਕੋਲ ਕੁੱਟ ਖਾਲੂਗੀ ਮੈਨੂੰ ਦੱਸੋ। ਚਲੋ ਗਗਨ, ਖੈਰ ਹੈ ਤੁਹਾਡੇ ਮਾਮੀ ਜੀ ਨੇ, ਤੁਹਾਨੂੰ ਸਤਿਕਾਰ ਕਰਨਾ ਚਾਹੀਦਾ ਆਪਣੇ ਮਾਮੀ ਜੀ ਦਾ। ਮੈਂ ਬਾਸੀ ਸਾਹਿਬ ਤਾਂ ਹੀ ਨਹੀਂ ਸੀ ਬੋਲ ਰਿਹਾ, ਬਟ ਮੈਂ ਬਹੁਤ ਚਿਰ ਦਾ ਚੁੱਪ ਤੁਹਾਡੇ ਸਾਹਮਣੇ, ਤੁਸੀਂ ਮੈਨੂੰ ਇੱਕ ਵਾਰੀ ਕਹਿੰਦੇ ਚੁੱਪ, ਮੈਂ ਚੁੱਪ ਕਰ ਜਾਂਦਾ। ਹਾਂਜੀ ਠੀਕ ਹੈ, ਐਕਚੁਅਲੀ ਤੁਹਾਡੀ ਜਿਹੜੀ ਮਾਮੀ ਆ ਤੁਹਾਡੀ ਇੱਕ ਮਾਂ ਆ, ਸੋ ਤੁਸੀਂ ਤੁਸੀਂ ਬਣਦਾ ਸਤਿਕਾਰ ਜੋ ਆਪਣੀ ਮਾਂ ਦਿੰਦੇ ਹੋ ਆਪਣੀ ਮਾਮੀ ਨੂੰ ਵੀ ਦਿਓ, ਔਰ ਇਹ ਘਰ ਦੀ ਤੁਹਾਡੀ ਸਮੱਸਿਆ ਇਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ। ਇੱਕ ਵਾਰੀ ਦੱਸ ਦਿਓ ਜੇ ਮੈਂ ਵਿੱਚ ਬੋਲਿਆ ਹੋਵਾਂ ਜਦੋਂ ਤੁਸੀਂ ਮੈਨੂੰ ਚੁੱਪ ਕਿਹਾ, ਹੁਣ ਤੁਸੀਂ ਹਲਕੀ ਤੁਸੀਂ ਹਲਕੀ ਚਾਹੁੰਦੇ ਹੋ। ਮੈਂ ਰਿਸਪੈਕਟ ਕਰਦਾ ਬਾਸੀ ਸਾਹਿਬ, ਮੈਂ ਤੁਹਾਡੇ ਬੋਲਾਂ ਦੀ ਤੋਂ ਵੱਧ ਰਿਸਪੈਕਟ ਤੁਹਾਡੇ ਬੋਲਾਂ ਦੀ ਕਰਦਾ ਮੈਂ। ਗਗਨ ਜੀ ਤੁਹਾਡੇ ਮਾਤਾ ਜੀ ਕਿੱਥੇ ਨੇ ਇਸ ਵੇਲੇ? ਮੰਮੀ ਜੀ ਮੇਰੇ ਨਾਲ, ਉਹਨਾਂ ਦੀ ਗੱਲ ਨਹੀਂ ਜ਼ਿਆਦਾ ਕਰ ਸਕਦੇ, ਜੇ ਕਹੋ ਤੇ ਮੈਂ ਉਹਨਾਂ ਨੂੰ ਟਰਾਈ ਕਰ ਲੈਣਾ ਕਾਲ ਕਰਨ ਦੀ, ਕਿਉਂਕਿ ਉਸ ਬਿਮਾਰ ਨੇ ਉਹਨਾਂ ਦੇ ਮਤਲਬ ਨਹੀਂ, ਅਸੀਂ ਉਹਨਾਂ ਨਾਲ ਅਸੀਂ ਉਹਨਾਂ ਨੂੰ ਰੇਡੀ ਤੇ ਨਹੀਂ ਲਾਉਣਾ ਚਾਹੁੰਦੇ, ਕਿਉਂਕਿ ਅਸੀਂ ਡਿਸਪਿਊਟ ਨੂੰ ਘਟਾਉਣਾ ਹੈ ਵਧਾਉਣਾ ਨਹੀਂਗਾ, ਅਸੀਂ ਲੜਾਈ ਦੇ ਵਿੱਚ ਨਹੀਂ ਆਉਣਾ ਚਾਹੁੰਦੇ, ਅਸੀਂ ਚਾਹੁੰਦੇ ਕਿ ਤੁਹਾਡਾ ਮਾਮੇ ਭਾਣਜੇ ਦਾ ਤੁਸੀਂ ਮਾਮੀ ਜਿਹੜੀ ਮਾਂ ਹੁੰਦੀ ਹੈ ਔਰ ਮਾਂ ਜਿਹੜੀ ਮਾਮੀ ਹੈ ਉਹਨੂੰ ਵੀ ਰਿਸ਼ਤਾ ਜਿਹੜਾ ਆ ਮਾਮੀ ਆ ਉਹ ਅਸੀਂ ਉਹ ਵੀ ਤੁਹਾਡੀ ਰਿਸਪੈਕਟ ਕਰੇ, ਮੈਂ ਇਹ ਵੀ ਚਾਹੁੰਦਾ ਹਾਂ
ਤੁਸੀਂ ਵੀ ਰਿਸਪੈਕਟ ਕਰੋ ਤੁਹਾਡੇ ਸਾਹਮਣੇ ਬਸ ਸਾਹਿਬ ਮੈਂ ਚੁੱਪ ਰਿਹਾ ਕਿੰਨੀ ਦੇਰ ਦਾ ਕਿੰਨੇ ਕੁਝ ਤੁਹਾਡੇ ਸਾਹਮਣੇ ਬਲੇਮ ਲਾਏ ਮੈਂ ਤਾਂ ਚੁੱਪ ਹੀ ਰਿਹਾ ਮੈਂ ਐਂਡ ਤੇ ਆ ਕੇ ਇੱਕ ਵਰਡ ਬੋਲਿਆ ਆ ਤੇ ਮੈਂ ਤਾਂ ਉਹ ਇੰਜੀਅਰ ਤੇ ਚੁੱਪ ਬੈਠਾ ਜਿਹੜੇ ਘਰ ਵਿੱਚ ਰਹਿੰਦੇ ਨੇ ਉਹ ਘਰ ਕਿਹਦੇ ਨਾਂ ਦਾ ਹੈ ਕਿਹਨੇ ਬਾਈ ਕੀਤਾ ਹੈ ਜਿਹੜਾ ਕਿ ਇਸ ਵੇਲੇ ਕਲੇਮ ਕਰ ਰਿਹਾ ਕਿ ਮੈਂ ਲੁਧਿਆਣੇ ਵਿੱਚ ਰਹਿ ਰਹੀ ਮਾਮੀ ਜੀ ਕਹਿੰਦੇ ਨੇ ਤੁਹਾਡੇ ਲੁਧਿਆਣੇ ਜਿਹੜੇ ਮੈਨੂੰ ਨਹੀਂ ਪਤਾ ਕਿਹੜੇ ਘਰ 'ਚ ਰਹਿ ਰਹੇ ਲਾਈਕ ਮੈਂ ਤੁਹਾਨੂੰ ਪਹਿਲਾਂ ਦੱਸਿਆ ਮੇਰਾ ਅਰਾਊਂਡ 15-20 ਸਾਲ ਤੋਂ ਕਨੈਕਸ਼ਨ ਇਹਨਾਂ ਨੇ ਖਤਮ ਸੀ ਹਾਂ ਮਾਮਿਆਂ ਕਿਤੇ ਮਿਲਦਾ ਆ ਮਾਮੇ ਨੂੰ ਮਿਲਦੇ ਆ ਉਹਨੂੰ ਕੋਈ ਚੀਜ਼ ਦੀ ਲੋੜ ਆ ਉਹਨੂੰ ਮੈਂ ਜਦੋਂ ਵੀ ਇੰਡੀਆ ਜਾਂਦਾ ਉਹਨੂੰ ਜੇ ਪੈਸੇ ਚਾਹੀਦੇ ਉਹਨੂੰ ਉਹ ਦਿੰਦੇ ਆ ਜਦੋਂ ਵੀ ਜੋ ਵੀ ਆ ਠੀਕ ਆ ਕੋਈ ਕੱਪੜਾ ਲੀੜਾ ਆ ਉਹ ਵੀ ਦੇਈਦਾ ਬਟ ਮਾਮੇ ਨੂੰ ਅਸੀਂ ਇਹ ਕਿ ਇਹਨਾਂ ਨੇ ਜਿਹੜਾ ਘਰ ਬਾਏ ਕੀਤਾ ਹੋਣੀ ਮੈਨੂੰ ਪਤਾ ਕਿੱਥੇ ਕੀਤਾ ਬਟ ਇੰਨਾ ਵਾਸੀ ਸਾਹਿਬ ਇਕੱਲੇ ਇਕੱਲੇ ਬੰਦੇ ਨੂੰ ਪਤਾ ਆ ਕਿ ਜਿਹਦੇ ਉਹਨਾਂ ਨੇ ਜਲੰਧਰ ਤੋਂ ਘਰ ਵੇਚ ਕੇ ਸਾਰੇ ਪੈਸੇ ਕੋਈ ਉਸ ਟਾਈਮ ਦੇ ਨਾਲ ਕਹਿ ਲਓ ਆਪਾਂ 12-15 ਲੱਖ ਰੁਪਏ ਦੇ ਕਰੀਬ ਕੁਛ ਮੈਨੂੰ ਮੈਂ ਗਗਨ ਜੀ ਇੱਕ ਸੈਕਿੰਡ ਜਿਹੜਾ ਘਰ ਇਸ ਵੇਲੇ ਤੁਹਾਡੀ ਮਾਮੀ ਜਿਸ ਘਰ ਵਿੱਚ ਰਹਿੰਦੀ ਆ ਤੇ ਮਾਮੀ ਦਾ ਲੜਕਾ ਘਰ ਵਿੱਚ ਰਹਿੰਦਾ ਆ ਉਸ ਘਰ ਦੇ ਵਿੱਚ ਜਸਵੰਤ ਸਿੰਘ ਦਾ ਨਾਮ ਹੈ ਜਾਂ ਨਹੀਂ ਨਹੀਂ ਬਸ ਜੀ ਮੈਨੂੰ ਨਹੀਂ ਪਤਾ ਉਸ ਚੀਜ਼ ਦਾ ਕਿਉਂਕਿ ਉਹਨੂੰ ਘਰੇ ਨਹੀਂ ਵਾਰਦੇ ਤੇ ਨਾਮ ਕਿੱਥੋਂ ਹੋਣਾ ਉਹਦਾ ਨਹੀਂ ਉਹ ਗੱਲ ਵੱਖਰੀ ਆ ਕਈ ਵਾਰ ਜ਼ਰੂਰੀ ਨਹੀਂ ਹੁੰਦਾ ਕਿ ਨਾਮ ਨਾ ਹੋਵੇ ਜਾਂ ਨਾ ਹੋਵੇ ਤਾਂ ਉਹ ਕਹਿੰਦੇ ਕਿ ਮੈਂ 20 ਸਾਲ ਤੋਂ ਵੱਖਰੀ ਰਹਿ ਰਹੀ ਹਾਂ ਸੈਪਰੇਟ ਆ ਬਸ ਜੀ ਮੈਂ ਉਹੀ ਤੁਹਾਨੂੰ ਰੀਜ਼ਨ ਦੱਸਿਆ ਨਾ 20 ਸਾਲ ਤੋਂ ਵੱਖਰੇ ਰਹਿਣ ਦਾ ਰੀਜ਼ਨ ਤੁਹਾਨੂੰ ਦੱਸਿਆ ਨਾ ਮੈਂ ਬਟ ਜਿਹੜੇ ਪੈਸੇ ਸੀਗੇ ਘਰ ਜਿਹਨਾਂ ਨੇ ਲਿਆ ਵੀ ਹੋਊਗਾ ਬਟ ਜਲੰਧਰ ਦਾ ਘਰ ਵੇਚ ਕੇ ਮਾਮਾ ਜੀ ਨੇ ਸਾਰੇ ਪੈਸੇ ਇਹਨਾਂ ਨੂੰ ਲਿਜਾ ਕੇ ਜਦੋਂ ਦਿੱਤੇ ਥੋੜੇ ਦਿਨ ਤਾਂ ਸਹੀ ਰਹੇ ਪਰ ਜਦੋਂ ਪਤਾ ਲੱਗ ਗਿਆ ਵੀ ਸਭ ਕੁਝ ਸਾਡੇ ਹੱਥ 'ਚ ਆ ਗਿਆ ਉਦੋਂ ਇਹਨੂੰ ਘਰੋਂ ਕੱਢ ਦਿੱਤਾ ਗਿਆ ਤੁਹਾਨੂੰ ਇੱਕ ਮਿੰਟ ਜੇ ਇੱਕ ਸੈਕਿੰਡ ਜਿਹੜਾ ਘਰ ਹੈ ਤੁਹਾਨੂੰ ਪਤਾ ਕਿੰਨੇ ਦਾ ਘਰ ਹੋਊਗਾ ਕਰੋੜ ਦਾ ਹੋਊਗਾ ਕਰੋੜ ਤੋਂ ਵੱਧ ਹੋਊਗਾ ਮੈਂ ਦੇਖ ਨਹੀਂ ਬਸ ਜੀ ਮੈਂ ਨਹੀਂ ਦੇਖਿਆ ਨਹੀਂ ਬਾਈ ਇੰਨਾ ਤਾਂ ਨਹੀਂ ਹੋਣਾ ਮੈਂ ਦੇਖਿਆ ਵੀ ਨਹੀਂ ਬਸ ਸਰ ਮੈਂ ਐਵੇਂ ਕਹਾਂ ਮੈਂ ਕੋਈ ਮਤਲਬ ਗਲਤ ਬਿਆਨ ਨਹੀਂ ਕਰਨਾ ਚਾਹੁੰਦਾ ਜਿਹੜੀ ਚੀਜ਼ ਮੈਂ ਦੇਖੀ ਨਹੀਂ ਮੈਨੂੰ ਪਤਾ ਨਹੀਂ ਉਹਦੇ ਬਾਰੇ ਮੈਂ ਬੋਲਣਾ ਨਹੀਂ ਚਾਹੁੰਦਾ ਮੈਂ ਤੁਹਾਨੂੰ ਇੱਕ ਨੰਬਰ ਦੇ ਸਕਦਾ ਜੋ ਕਿ ਕਾਨੂੰਨੀ ਸਾਰੀ ਕਾਰਵਾਈ ਕਰਨਗੇ ਅਤੇ ਤੁਹਾਨੂੰ ਬਣਦੀ ਮਦਦ ਦਵਾ ਸਕਦੇ ਨੇ ਕੋਰਟ ਵਿੱਚੋਂ ਵੀ ਅਗਰ ਜੇ ਪ੍ਰਾਪਰਟੀ ਹੋਈ ਸ਼ੇਅਰ ਹੋਈ ਤਾਂ ਤੁਹਾਡੇ ਮਾਮਾ ਜੀ ਦੀ ਤਾਂ ਉਹਨੂੰ ਹਿੱਸਾ ਉਹਦਾ ਬਣਦਾ ਦਵਾ ਸਕਦੇ ਨੇ ਤੁਸੀਂ ਇੱਕ ਨੰਬਰ ਨੋਟ ਕਰ ਲਓ ਦੁਨੀਆਂ ਵਿੱਚ ਵਸਦੇ ਲੋਕ ਉਹ ਵੀ ਨੰਬਰ ਨੋਟ ਕਰ ਲੈਣ ਸਾਡੇ ਪਾਸ ਇੱਕ ਬਹੁਤ ਵੱਡੀ ਟੀਮ ਹੈ ਵਕੀਲਾਂ ਦੀ ਹਰ ਜ਼ਿਲ੍ਹੇ ਵਿੱਚ ਵਕੀਲ ਨੇ ਹਾਈ ਕੋਰਟ ਜਾਣ ਲਈ ਸੁਪਰੀਮ ਕੋਰਟ ਦੇ ਵਕੀਲ ਨੇ ਸੋ ਨੰਬਰ ਹੈ ਟੋਰਾਂਟੋ ਤੁਸੀਂ ਕਾਲ ਕਰਨਾ ਹੈ ਬ੍ਰੈਂਪਟਨ 'ਚ ਗਗਨ ਤੁਸੀਂ ਨੰਬਰ ਨੋਟ ਕਰ ਲਓ ਤਾਂ ਜੇ ਤੁਹਾਡੇ ਕੋਲ 647-8786-04 ਤੇ ਮਿਸਟਰ ਮਰਾਲ ਨੂੰ ਕਾਲ ਕਰੋ ਇਹ ਐਨ ਆਰ ਆਈ ਵਾਸਤੇ ਵਕੀਲ ਨੇ ਜੋ ਕਿ ਤੁਹਾਡੀ ਮਦਦ ਕਰਦੇ ਨੇ ਤੁਹਾਨੂੰ ਮਦਦ ਜਿਹੜੀ ਹੈ ਉਹ ਇੰਡੀਆ ਦੇ ਵਿੱਚ ਆ ਹਾਂ ਇੰਡੀਆ ਦੇ ਵਿੱਚ ਮੈਂ ਇਹ ਗੱਲ ਕਰਦਾ ਇੰਡੀਆ ਵਿੱਚ ਹੈ ਪਰ ਇੱਥੇ ਤੁਸੀਂ ਬੈਠੇ ਅਮਰੀਕਾ 'ਚ ਬੈਠੇ ਕੈਨੇਡਾ 'ਚ ਬੈਠੇ ਕਾਨੂੰਨ ਦੇ ਮੁਤਾਬਕ ਜਿਹੜੀ ਤੁਹਾਡੀ ਪ੍ਰਾਪਰਟੀ ਆ ਉਹਦਾ ਹਿੱਸਾ ਦਵਾ ਸਕਦੇ ਹੋ ਸੋ ਤੁਹਾਨੂੰ ਇੰਡੀਆ ਜਾਣ ਦੀ ਲੋੜ ਨਹੀਂ ਹੈ ਇੱਥੇ ਬੈਠੇ ਹੀ ਵਕੀਲਾਂ ਨੇ ਟੀਮ ਜਿਹੜੀ ਇੰਡੀਆ ਵਿੱਚ ਹੈ ਇਹਨਾਂ ਦਾ ਹੈੱਡ ਆਫਿਸ ਇੱਕ ਸਾਡੇ ਕੈਨੇਡਾ ਵਿੱਚ ਹੈ ਬ੍ਰੈਂਪਟਨ ਵਿੱਚ ਸੋ ਨੰਬਰ ਹੈ 647 ਗਗਨ ਜੀ ਨੰਬਰ ਲਿਖੋ 647 ਹਾਂਜੀ ਬਾਈ ਸਾਹਿਬ ਲਿਖ ਲਿਆ ਜੀ ਮੈਂ 807-8804 ਤੇ ਕਾਲ ਕਰ ਲਓ ਮਿਸਟਰ ਮਰਾਲ ਨੂੰ ਔਰ ਜਿਸ ਤਰ੍ਹਾਂ ਦਾ ਤੁਹਾਡਾ ਇਹ ਕੰਪਲੀਕੇਟਡ ਕੇਸ ਹੈ ਇਹ ਲਿਟੀਗੇਸ਼ਨ ਦਾ ਕੇਸ ਹੈ ਸਿਵਲ ਮੈਟਰ ਕੇਸ ਹੈ ਤਾਂ ਇਹਦੇ ਵਿੱਚ ਬਣਦੀ ਮਦਦ ਜਿਹੜੀ ਹੈ ਕਾਨੂੰਨ ਦੇ ਮੁਤਾਬਕ ਜੇ ਪ੍ਰਾਪਰਟੀ ਅੱਧੀ ਆ ਤਾਂ ਹਿੱਸਾ ਤੁਸੀਂ ਕੈਨੇਡਾ 'ਚ ਬੈਠੇ ਆਪਣੇ ਮਾਮੇ ਨੂੰ ਦਵਾ ਸਕਦੇ ਹੋ ਸੋ ਇੱਥੇ ਹੁਣ ਉਹਨਾਂ ਦੇ ਇਲਾਜ ਵਾਸਤੇ ਥੋੜਾ ਜਿਹਾ ਇਹਨਾਂ ਦਾ ਜਿਹੜਾ ਮੁੰਡਾ ਕੈਨੇਡਾ ਰਹਿੰਦਾ ਆ ਉਹਦੇ ਨਾਲ ਇੱਕ ਵਾਰੀ ਦੇਖੋ ਉਹਦੀ ਫੋਟੋ ਲਾਓ ਪਤਾ ਲੱਗੇ ਵੀ ਆਹ ਮੁੰਡਾ ਕੈਨੇਡਾ ਦੇ ਵਿੱਚ ਬੈਠਾ ਆ ਤੇ ਉਹਦਾ ਪਿਓ ਇੱਥੇ ਹਸਪੀਟਲ ਸਿਵਲ ਹਸਪੀਟਲ ਦੇ ਵਿੱਚ ਇੱਕ ਮਤਲਬ ਕੱਪੜਿਆਂ ਤੋਂ ਵੀ ਬਿਨਾਂ ਬੈਠਾ ਅਸੀਂ ਜਿੰਨੀ ਹੁੰਦੀ ਅਸੀਂ ਕਰਾਂਗੇ ਥੋੜਾ ਜਿਹਾ ਦੇਖੋ ਤਾਂ ਸਹੀ ਮਤਲਬ ਇੱਥੇ ਜਿਹਨਾਂ ਲੋਕਾਂ ਨੇ ਵਿਚਰਦਾ ਹੋਊਗਾ ਗਗਨ ਟ੍ਰਾਈ ਟੂ ਅੰਡਰਸਟੈਂਡ ਅਸੀਂ ਕੋਈ ਵੀ ਤਸਵੀਰ ਟੈਲੀਕਾਸਟ ਕਰਨ ਤੋਂ ਪਹਿਲਾਂ ਅਸੀਂ ਵੈਰੀਫਾਈ ਕਰਨਾ ਚਾਹੁੰਦੇ ਹਾਂ ਕਿ ਉਸ ਵਿਅਕਤੀ ਦਾ ਕਿੰਨਾ ਕੁ ਰੋਲ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਜਿਹਨਾਂ 'ਚ ਵੈਰੀਫਾਈ ਨਹੀਂ ਕਰਦੇ ਉਹਨਾਂ 'ਚ ਅਸੀਂ ਕੋਈ ਚੀਜ਼ ਨੂੰ ਪ੍ਰੋਸੀਡ ਨਹੀਂ ਕਰ ਸਕਦੇ ਸੋ ਅਸੀਂ ਪੁਲਿਸ ਤੋਂ ਵੈਰੀਫਾਈ ਕਰਾਂਗੇ ਕਿ ਪੁਲਿਸ ਦੇ ਕੋਈ ਕੇਸ ਰਜਿਸਟਰ ਹੋਇਆ ਪਿਛਲੇ ਸਮੇਂ ਦੇ ਵਿੱਚ ਜੇ ਹੋਇਆ ਤਾਂ ਕੀ ਕੇਸ ਰਜਿਸਟਰ ਕੀਤਾ ਆ ਤਾਂ ਉਸ ਤੋਂ ਬਾਅਦ ਅਸੀਂ ਪ੍ਰੋਸੀਡ ਕਰਦੇ ਹਾਂ ਸਾਡਾ ਇੱਕ ਸਿਸਟਮ ਹੈ ਉਹਨੂੰ ਅਸੀਂ ਫੋਲੋ ਕਰਦੇ ਹਾਂ ਇੱਕ ਗੱਲ ਬਾਜੀ ਸਾਹਿਬ ਇੱਕ ਗੱਲ ਹੋਰ ਕਹਿਣੀ ਆ ਜਿੱਦਾਂ ਮੈਂ ਹੁਣ ਤੁਹਾਡੇ ਕੋਲ ਆਇਆ ਮੈਨੂੰ ਪਤਾ ਉੱਥੇ ਮੇਰੀ ਮਾਮੇ ਨੂੰ ਮੇਰੇ ਮਾਮੇ ਨੂੰ ਖਤਰਾ ਹੋਊਗਾ ਤੇ ਇਹ ਕੁਝ ਵੀ ਕਰ ਸਕਦੇ ਆ ਕਿ ਇਹ ਉੱਥੇ ਕਿਉਂ ਗਿਆ ਉਹ ਇਸ ਚੀਜ਼ ਤੋਂ ਡਰਦਾ ਜੋ ਬੰਦਾ ਸਾਹਮਣੇ ਨਹੀਂ ਆਉਂਦਾ ਕਿ ਮੈਂ ਕੁਝ ਵੀ ਬੋਲੂੰਗਾ ਤਾਂ ਮੇਰੀ ਜਾਨ ਨੂੰ ਖਤਰਾ ਆ ਤੁਸੀਂ ਪੁਲਿਸ ਨੂੰ ਰਿਪੋਰਟ ਕਰੋ ਨਾ ਆਪਣੀ ਠੀਕ ਆ ਬਾਜੀ ਸਾਹਿਬ ਤੁਸੀਂ ਪੁਲਿਸ ਨੂੰ ਕਾਲ ਕਰੋ ਅਤੇ ਬਣਦੀ ਕਾਰਵਾਈ ਜਿਹੜੀ ਕੀਤੀ ਜਾਵੇਗੀ
ਸੋ ਜੇ ਤੁਹਾਨੂੰ ਥ੍ਰੈਟ ਹੈ ਤੁਹਾਨੂੰ ਥ੍ਰੈਟ ਵਾਲੀ ਕਾਲ ਆਈ ਹੈ ਜੇ ਹੈ ਤੁਹਾਡੇ ਕੋਲ ਕੋਈ ਪ੍ਰੂਫ ਤੁਹਾਨੂੰ ਡਰ ਹੈ ਮੈਨੂੰ ਹਲੇ ਤੱਕ ਤਾਂ ਨਹੀਂ ਬਟ ਜਦ ਤੱਕ ਮੈਂ ਤੁਹਾਡੇ ਕੋਲ ਨਹੀਂ ਨਾ ਆਇਆ ਸੀ ਉਨੀ ਦੇਰ ਤਾਂ ਸਹੀ ਸੀ ਬਟ ਹੁਣ ਇਹਨਾਂ ਨੂੰ ਪਤਾ ਕਿ ਇਹ ਚੀਜ਼ ਆਨਲਾਈਨ ਆ ਗਈ ਆ ਆਨ ਏਅਰ ਹੋ ਗਈ ਆ ਹੁਣ ਮੈਨੂੰ ਪਤਾ ਹੈ ਉਹਨੂੰ ਕੋਈ ਨਾ ਕੋਈ ਧਮਕੀ ਦੇਣਗੇ ਡਰਾਉਣਗੇ ਵੀ ਤੂੰ ਉਹ ਤੋਂ ਮਨਾ ਕਰ ਦੇ ਜਾਂ ਕੁਛ ਨਾ ਕੁਛ ਕਰ ਏਦਾਂ ਦਾ ਕੁਛ ਕਰਨਗੇ ਤੁਸੀਂ ਪੁਲਿਸ ਨੂੰ ਇਨਫਾਰਮ ਕਰ ਸਕਦੇ ਹੋ ਪੁਲਿਸ ਕਮਿਸ਼ਨਰ ਨੂੰ ਕਾਲ ਕਰ ਲਓ ਉਹਨਾਂ ਨੂੰ ਇੱਕ ਈਮੇਲ ਕਰ ਦਿਓ ਕਿ ਆਹ ਆਹ ਇੱਕ ਮੈਟਰ ਆ ਇਸ ਇਸ਼ੂ ਦੇ ਵਿੱਚ ਮੈਨੂੰ ਡਰ ਹੈ ਮੈਂ ਪੰਜਾਬ ਆਉਣਾ ਹੈ ਔਰ ਮੈਨੂੰ ਖਤਰਾ ਆ ਕਿਨਾਂ ਤੋਂ ਖਤਰਾ ਮੈਨੂੰ ਤਾਂ ਕੋਈ ਡਰ ਨਹੀਂ ਉਹਨਾਂ ਮਾਮਾ ਜੀ ਨੂੰ ਡਰ ਆ ਮੇਰਾ ਤਾਂ ਕੋਈ ਡਰ ਨਹੀਂ ਤੁਸੀਂ ਮਾਮੇ ਦੇ ਬਿਹਾਫ ਤੇ ਤੁਸੀਂ ਇੱਕ ਲੈਟਰ ਆਪਣੇ ਮਾਮੇ ਦੇ ਬਿਹਾਫ ਤੇ ਲਿਖ ਕੇ ਭੇਜ ਦਿਓ ਕਿ ਆਹ ਚੀਜ਼ਾਂ ਹੋ ਰਹੀਆਂ ਅਗਰ ਜੇ ਕੁਛ ਹੋ ਗਿਆ ਤੇ ਜ਼ਿੰਮੇਵਾਰ ਹੋਣਗੇ ਤੁਸੀਂ ਸਾਡੇ ਕੋਲ ਪੂਰੇ ਹੱਥ ਮੈਂ ਸਵੇਰੇ ਹਾਂਜੀ ਮੇਰਾ ਕਜ਼ਨ ਉੱਥੇ ਹੀ ਆ ਲੁਧਿਆਣੇ ਪੁਲਿਸ ਦੇ ਵਿੱਚ ਮੈਂ ਉਹਨੂੰ ਸਵੇਰੇ ਕਰ ਦਿੰਦਾ ਮਿਹਰਬਾਨੀ ਜੀ ਬਹੁਤ ਬਹੁਤ ਸ਼ੁਕਰੀਆ ਅਸੀਂ ਇੱਥੇ ਪ੍ਰੋਗਰਾਮ ਨੂੰ ਹੋਲਡ ਕਰਦੇ ਹਾਂ ਔਰ ਮਾਮਾ ਭਾਣਜਾ ਔਰ ਤੁਹਾਡੀ ਹੋ ਸਕੇ ਤਾਂ ਇਹਨਾਂ ਨੂੰ ਕਹਿ ਕੇ ਜਾਂ ਬੱਚਿਆਂ ਨੂੰ ਕਹਿ ਕੇ ਉਹਦੀ ਥੋੜੀ ਬਹੁਤੀ ਹੈਲਪ ਕੀਤੀ ਜਾਵੇ ਕੋਸ਼ਿਸ਼ ਕਰਦੇ ਇੱਕ ਵਾਰ ਤੁਹਾਡੀ ਮਾਮੀ ਜੀ ਨਾਲ ਗੱਲਬਾਤ ਕਰੀਏ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਜਿਹੜੇ ਕਾਲਰਸ ਨੇ ਉਹ ਕੀ ਕਹਿਣਾ ਚਾਹੁੰਦੇ ਨੇ ਸਾਨੂੰ ਉਹ ਫੋਨ ਕਰਕੇ ਦੱਸ ਸਕਦੇ ਨੇ ਕਿ ਅਸੀਂ ਮਦਦ ਕਿਵੇਂ ਕਰੀਏ ਔਰ ਜਸਵੰਤ ਸਿੰਘ ਦੋ ਲੜਕੀਆਂ ਦਾ ਬਾਪ ਹੈ ਇੱਕ ਧੀ ਦਾ ਬਾਪ ਹੈ ਇਸ ਵੇਲੇ ਘਰੋਂ ਵੀ ਘਰ ਹੈ ਔਰ ਬ੍ਰਿਜ ਜਿਹੜੇ ਬਣੇ ਨੇ ਉਹਨੇ ਥੱਲੇ ਸੌਂਦਾ ਆ ਔਰ ਇਹਦੇ ਕੋਲ ਪੈਸਾ ਨਾ ਖਾਣ ਲਈ ਨਾ ਪੀਣ ਲਈ ਨਾ ਇਲਾਜ ਲਈ ਆ ਇਹ ਭਾਣਜਾ ਦੀ ਮਦਦ ਕਰ ਰਿਹਾ ਜਾਂ ਭਾਣਜਾ ਕਹਿੰਦਾ ਕਿ ਮੇਰੇ ਮਾਮੇ ਦਾ ਭਰਾ ਉਹਦੀ ਮਦਦ ਕਰਦਾ ਔਰ ਬੱਚਿਆਂ ਵੱਲੋਂ ਘਰ ਵਾਲੀ ਵੱਲੋਂ ਕੋਈ ਵੀ ਮਦਦ ਨਹੀਂ ਹੈ ਪਰ ਬੱਚਿਆਂ ਨੇ ਉਹਨਾਂ ਦੇ ਸੱਟਾਂ ਮਾਰੀਆਂ ਇਹਨਾਂ ਦੇ ਕਹਿਣ ਦੇ ਮੁਤਾਬਕ ਨੱਕ ਦੀ ਹੱਡੀ ਵੀ ਤੋੜ ਦਿੱਤੀ ਹੈ ਦੂਜੇ ਪਾਸੇ ਉਹ ਮਾਮੀ ਜਿਹੜੀ ਕਲੇਮ ਕਰਦੀ ਆ ਕਿ ਮੇਰੇ ਸਿਰ ਵਿੱਚ ਤਵਾ ਮਾਰਿਆ ਜਿਹਦੇ ਨਾਲ ਕਿੰਨੇ ਟਾਂਕੇ ਲੱਗੇ ਆ ਔਰ ਮੈਨੂੰ ਕੁੱਟਿਆ ਮਾਰਿਆ ਔਰ ਮੇਰੇ ਨਾਲ ਬੱਸ ਰੁਕੀ ਕੀਤੀ ਹੈ ਮੇਰੀ ਜ਼ਿੰਦਗੀ ਬਰਬਾਦ ਕੀਤਾ ਇਹ ਦੋਨਾਂ ਪਾਸੇ ਦੋਸ਼ ਇੱਕ ਦੂਜੇ ਤੇ ਲਾਏ ਜਾ ਰਹੇ ਨੇ ਸੋ ਇਹ ਦੋਸ਼ ਨੇ ਇਹਦੇ ਵਿੱਚ ਕੌਣ ਸਹੀ ਹੈ ਤੇ ਕੌਣ ਗਲਤ ਆ ਇਹਦੇ ਬਾਰੇ ਵਿੱਚ ਅਸੀਂ ਅੱਗੇ ਚੱਲ ਕੇ ਇੱਕ ਵਾਰੀ ਗੱਲ ਕਰਦੇ ਅਮਰਜੀਤ ਨਾਲ ਉਸ ਤੋਂ ਬਾਅਦ ਵਾਪਸ ਆ ਰਹੇ ਹਾਂ ਇਸ ਸੈਸ਼ਨ ਬਾਅਦ ਇੱਕ ਗੱਲ ਬਸ ਸਾਹਿਬ ਲਾਸਟ ਇੱਕ ਗੱਲ ਕਹਿਣੀ ਸੀ ਮੈਂ ਜੀ ਬਸ ਸਾਹਿਬ ਤੁਸੀਂ ਕਹਿੰਦੇ ਨਾ ਮਤਲਬ ਮੁੰਡਾ ਇੰਡੀਆ ਬੈਠਾ ਮੁੰਡੇ ਨੇ ਤਾਂ ਇਹ ਕਹਿਤਾ ਕਿ ਸਾਨੂੰ ਫੋਨ ਨਾ ਕਰੋ ਉਹ ਮਰਦਾ ਮਰ ਜਵੇ ਮੈਂ ਤਾਂ ਉਹਨੂੰ ਅੱਗ ਲਾਉਣ ਵੀ ਨਹੀਂ ਆਉਣਾ ਮੈਂ ਸੁਣ ਚੁੱਕਿਆ ਤੁਹਾਡੀ ਗੱਲ ਨੂੰ ਤੁਸੀਂ ਬਾਰ ਬਾਰ ਰਿਪੀਟ ਕਰ ਰਹੇ ਹੋ ਤਿੰਨ ਵਾਰ ਤੁਸੀਂ ਗੱਲ ਇਸ ਰਿਪੀਟ ਕਰ ਚੁੱਕੇ ਹੋ ਸੋਰੀ ਮੈਂ ਭੁੱਲ ਗਿਆ ਸੀਗਾ ਜੀ ਹਾਂ ਸ਼ਾਇਦ ਮੈਨੂੰ ਲੱਗਾ ਨਹੀਂ ਦੱਸਿਆ ਤੁਹਾਨੂੰ ਅਸੀਂ ਆਲਰੇਡੀ ਤੁਹਾਡੀ ਗੱਲਾਂ ਰਿਪੀਟ ਹੋ ਰਹੀਆਂ ਨੇ ਸੋ ਅਸੀਂ ਬਾਰ ਬਾਰ ਇੱਕ ਗੱਲ ਰਿਪੀਟ ਨਹੀਂ ਕਰਨਾ ਚਾਹੁੰਦੇ ਔਰ ਜੋ ਤੁਸੀਂ ਕਿਹਾ ਇਹ ਤੁਹਾਡੇ ਆਪਣੇ ਵੱਲੋਂ ਲਾਏ ਦੋਸ਼ ਨੇ ਔਰ ਅਸੀਂ ਵਾਪਸ ਆ ਰਹੇ ਹਾਂ ਔਰ ਅਸੀਂ ਜੇ ਲੋੜ ਪਈ ਤਾਂ ਤੁਹਾਡੇ ਨਾਲ ਫਿਰ ਕੰਟੈਕਟ ਕਰਦੇ ਹਾਂ ਮਿਹਰਬਾਨੀ ਥੈਂਕ ਯੂ ਬਸ ਸਰ ਅਸੀਂ ਵਾਪਸ ਆ ਰਹੇ ਹਾਂ ਇਸ ਸਿਲਸਿਲੇ ਬਾਅਦ ਪ੍ਰੋਗਰਾਮ ਜੁੜੇ ਰਹੋ ਠੀਕ ਹੈ ਜਸਵੰਤ ਸਿੰਘ ਦੇ ਪਤਨੀ ਇੱਕ ਵਾਰੀ ਲਾਈਨ ਤੇ ਆ ਗਏ ਨੇ ਬਸ ਫਿਰ ਆਪਾਂ ਬਿਜ਼ੀ ਹੋ ਜਾਓਗਾ ਕੰਟੀਨਿਊ ਪਲੀਜ਼ ਦੋ ਮਿੰਟ ਲਈ ਕਰ ਲਓ ਅਸੀਂ ਸਿਰਫ ਲਾਸਟ ਗੱਲ ਕਰਾਂਗੇ ਅਮਰਜੀਤ ਭੈਣ ਜੀ ਤੁਹਾਡੇ ਭਾਣਜੇ ਨੇ ਗਗਨ ਨੇ ਦੋਸ਼ ਲਾਏ ਨੇ ਔਰ ਲੁੱਕ ਅਪ ਕੀਤੀ ਜਾ ਰਹੀ ਕਿੰਨੇ ਸਾਲ ਹੋ ਗਏ ਨੇ ਤੁਹਾਨੂੰ ਆਪਣੇ ਪਤੀ ਪਰਮੇਸ਼ਰ ਨੂੰ ਘਰੋਂ ਬਾਹਰ ਗਏ ਹੋ ਜੋ ਆਪਣੇ ਆਪ ਘਰੋਂ ਗਏ ਨੇ ਜਾਂ ਮੇਰੇ ਤੋਂ 20 ਸਾਲ ਹੋ ਗਏ ਨੇ ਅਲੱਗ ਰਹਿੰਦੇ ਨੇ ਦੋ ਹੁਣ ਇੱਕ ਪਿਛਲੇ 2 ਸਾਲ 1 ਸਾਲ ਜਿਹੜੇ ਦੋ ਵਾਰੀ ਲੱਤ ਤੜਾਈ ਹੈ ਉਦੋਂ ਇਹਨੂੰ ਇਹ ਜਿਹਾ ਭਾਂਡਾ ਅੱਜ ਤੁਰਿਆ ਸੀ ਇਹਦਾ ਆਪਣੇ ਵਿਆਹ ਤੇ ਇਹਨੇ ਸਾਨੂੰ ਨਹੀਂ ਸੱਦਿਆ ਭੈਣ ਦੇ ਵਿਆਹ ਤੇ ਇਹਨਾਂ ਨੇ ਨਹੀਂ ਸਾਨੂੰ ਸੱਦਿਆ ਅੱਜ ਇੱਧਰ ਆ ਗਿਆ ਵਾ ਜੇ ਇੰਨਾ ਮਾਮੇ ਦਾ ਦੇਖ ਕੇ ਦੂਜੇ ਵੱਡੇ ਇੱਕ ਮਿੰਟ ਸੁਣੋ ਵੱਡੇ ਮਾਮੇ ਦੇ ਮੁੰਡੇ ਨੇ ਪੈਸੇ ਭੇਜੇ ਛੋਟੇ ਨੇ 2 ਲੱਖ ਭੇਜਿਆ ਤੇ ਇਸ ਮਾਮੇ ਦੇ ਵੀ ਲਾ ਦੇਣ ਪੈਸੇ ਇੱਥੇ ਕੀ ਤਕਲੀਫ ਇਹਨਾਂ ਨੂੰ ਨਹੀਂ ਇੱਕ ਮੇਰੀ ਗੱਲ ਸੁਣੋ ਕਿਸ ਸਾਡਾ ਇਹਨਾਂ ਨਾਲ ਬੋਲ ਚਾਲ ਬਿਲਕੁਲ ਇਹਨਾਂ ਨਾਲ ਵੀ ਬੰਦ ਸੀਗਾ ਤੁਸੀਂ ਹੁਣ ਆਪਣੇ ਪਤੀ ਜਿਹੜਾ ਜਿਹੜਾ ਤੁਹਾਡਾ ਹਸਬੰਡ ਹੈ ਜਸਵੰਤ ਸਿੰਘ ਤੁਸੀਂ ਸੁਣੋ ਉਹਦੇ ਤੋਂ ਬਾਅਦ ਸੁਣੋ ਮੇਰੀ ਗੱਲ ਸੁਣੋ ਭਾਜੀ 20 ਸਾਲ ਤੋਂ ਲੱਗ ਰਹਿੰਦੇ ਅਸੀਂ ਇਹਨਾਂ ਕੋਲ ਹਿੱਸੇ ਨਹੀਂ ਲਏ ਇਹਨਾਂ ਕੋਲ ਇਹਦੀ ਅਸੀਂ ਕਮਾਈ ਨਹੀਂ ਖਾਧੀ ਸੁਣਿਆ ਦੋ ਵਾਰੀ ਮੁੰਡੇ ਨੂੰ ਪਿਛਲੇ ਅੱਜ ਇਦਾਂ ਲਾਈਵ ਹੋਏ ਨੇ ਜਾਂ ਘੰਟੇ ਨੇ ਜਾਂ ਅੱਜ ਇਹਦੇ ਥਰੂ ਕਰਵਾ ਦਿੱਤੀਆਂ ਗੱਲਾਂ ਇੱਕ ਮਿੰਟ ਅਮਰਜੀਤ ਇੱਕ ਸੈਕਿੰਡ ਗੱਸਣੋ ਇੱਕ ਮਿੰਟ ਗੱਸਣੋ ਜੀ ਤੁਹਾਡਾ ਬੱਚਾ 12 ਲੱਖ ਰੁਪਈਆ ਤੁਹਾਡੇ ਹਸਬੰਡ ਨੇ ਦਿੱਤਾ ਉਹਨੂੰ ਕੈਨੇਡਾ ਭੇਜਿਆ ਇੱਕ ਮਿੰਟ 12 ਲੱਖ ਇੱਕ ਮਿੰਟ ਭਾਜੀ ਇਹਨਾਂ ਨੇ ਲਾਇਆ 12 ਲੱਖ ਰੁਪਈਆ ਕਿਸੇ ਨੇ ਨਹੀਂ ਲਾਇਆ 10 ਲੱਖ ਰੁਪਈਆ ਮੇਰੇ ਮਾਮੇ ਸੋਹਰੇ ਦੇ ਮੁੰਡੇ ਨੇ ਭੇਜਿਆ ਸੁਣੋ ਮੇਰੀ ਗੱਲ ਉਹਨੇ ਭੇਜਿਆ ਉਹਨੇ ਮੁੰਡੇ ਦੀ ਬੀ ਤੱਕ ਦੇਖੀ ਆ ਉਹ ਪੈਸਾ ਕਿਹਦੇ ਟਾਈਮ ਤੇ ਮਿਲਿਆ ਉਹ ਵੀ ਦੱਸ ਦੋ ਨਾ ਮਾੜਾ ਜਿਹਾ ਗਗਨ ਕੇ ਬਾਹਰ ਜਾ ਕੇ ਪੈਸੇ ਲੈ ਕੇ ਗਗਨ 12 ਲੱਖ ਕਿਹਨੇ ਦਿੱਤਾ ਹੈ ਬਾਸੀ ਸਾਹਿਬ ਕਿਹਾ ਹੈਗਾ ਮੇਰੇ ਮੰਮੀ ਦੇ ਮਾਮੇ ਦੇ ਮੁੰਡੇ ਨੇ ਲਾਈਕ ਉਹ ਇੱਥੇ ਨਿਊਯਾਰਕ ਰਹਿੰਦੇ ਆ ਹੋ ਸਕਦਾ ਉਹ ਵੀ ਤੁਹਾਡਾ ਸ਼ੋਅ ਸੁਣਦੇ ਹੋਣ ਟਿੰਕੂ ਉਹਨਾਂ ਦਾ ਨਾਮ ਆ ਜੇ ਸੁਣਦੇ ਹੋਣ ਜ਼ਰੂਰ ਤੁਹਾਨੂੰ ਕਾਲ ਲਾਉਣ ਤੇ ਉਹ ਵੀ ਤੁਹਾਨੂੰ ਸਾਰੀ ਕੰਡੀਸ਼ਨ ਦੱਸ ਸਕਦੇ ਆ 12 ਲੱਖ ਨਹੀਂ ਇਹਨੂੰ ਪੁੱਛੋ ਅੱਜ ਤੂੰ ਕਿਹਦੇ ਲੈਣ ਉਹਨਾਂ ਦੇ ਕਿਹੜੇ ਸੀਗਾ ਉਹਨਾਂ ਦੇ ਪੈਸੇ ਲੈਣ ਪਿੱਛੇ ਕੀ ਲਾ ਰਿਹਾ ਤੇਰੀ ਉਹ ਦੱਸੋ ਤੇਰੀ ਮੰਮੀ ਉਹਨਾਂ ਦੇ ਪਾਪਾ ਦੇ ਨਾਲ ਚੱਲੇ ਗਏ ਉਹਨਾਂ ਦੇ ਕੀ ਇਹੋ ਹੀ ਮਾਮਾ ਦੂਜੇ ਮਾਮੇ ਕਿੱਥੇ ਚਲੇ ਗਏ ਸੀਗੇ
ਅੱਜ ਤੱਕ ਇਹਨੇ ਸੱਦਿਆ ਨੀ, ਸੱਦ ਕੇ ਛੱਡ ਕੇ ਰੁਪਈਆ ਵੀ ਨੀ ਦਿੱਤਾ ਇਹਨੂੰ। ਇਹ ਤਾਂ ਦੂਜੇ ਮਾਮਿਆਂ ਦੇ ਘਰ ਭਰੇ ਇਹਨਾਂ ਨੇ। अक्सर दो थोड़े लड़के ने, एक थोड़ी धी राणी है और तुसी 65 साल की उम्र हो गई है। थोड़े पति परमेश्वर अलामा तुसी लेंगे आए हैं और वो इस वेले बड़े दुखी ने अते जिंदगी ਮੇਰੇ ਬੱਚੇ ਅੰਦਰ ਮੇਰੇ ਬੱਚੇ 35-35 ਸਾਲ ਦੇ ਹੋ ਗਏ ਨੇ। ਇਹਦੀ ਵਜ੍ਹਾ ਕਰਕੇ ਕਿਤੇ ਰਿਸ਼ਤਾ ਨਹੀਂ ਹੋਇਆ, ਇਹਦੀ ਵਜ੍ਹਾ ਕਰਕੇ ਸ਼ਰਾਬਾਂ ਪੀਂਦਾ। ਲੋ ਭਾਜੀ, ਇਹਨੇ ਮੇਰੀਆਂ ਮਸ਼ੀਨਾਂ ਤੋੜੀਆਂ, ਇਹਨੇ ਲੋਕਾਂ ਦੇ ਕੱਪੜੇ ਕੱਟੇ, ਇਹਨੇ ਬਹੁਤ ਕੁਛ ਮੇਰੇ ਨਾਲ ਕੀਤਾ। ਅੱਜ ਇਹ ਲਾਈ ਹੁੰਦਾ ਮੇਰੇ ਤੋਂ ਪੈਸਾ ਲਾ ਲਵੇ ਮਾਮੇ ਦੇ ਉੱਤੇ। ਤੁਸੀਂ ਆਪਣੇ ਪਤੀ ਨੂੰ ਪਤੀ ਨਹੀਂ ਮੰਨਦੇ? ਮਸ਼ੀਨਾਂ ਤੋੜੀਆਂ ਜਿਹੜੇ ਮਾਮੇ, ਜਿਹੜੇ ਸੁਣੋ, ਜਿਹੜੇ ਮਾਮੇ ਦੇ ਮੁੰਡੇ ਨੇ ਪੈਸੇ ਲਾਏ ਨੇ ਨਾ, ਉਹਨਾਂ ਦਾ ਸਾਡੇ ਘਰ ਆਉਣ ਜਾਣ ਦੋ ਸੀ, ਪਿਆਰ ਦੋ ਸੀਗਾ। ਇਹਦੀ ਮੰਮੀ ਤੋਂ ਮੰਗੇ ਸੀ ਪੈਸੇ, ਉਹ ਕਹਿੰਦੀ ਮੇਰੇ ਕੋਲ 100 ਡਾਲਰ ਏ। ਫਿਰ ਮਾਮੇ ਦੇ ਮੁੰਡੇ ਨੇ ਲਾਏ ਪੈਸੇ, ਲਾਏ ਨੇ ਉਹਨੇ 10। ਅਮਰਜੀਤ, ਇੱਕ ਸੈਕਿੰਡ ਹੋਲਡ ਆਨ, ਹੋਲਡ ਆਨ, ਹੋਲਡ ਆਨ, ਗੱਲ ਸੁਣੋ, ਇੱਕ ਸੈਕਿੰਡ, ਲਾਸਟ ਗੱਲ ਨਹੀਂ ਸੁਣ ਸੁਣਦੇ, ਸੁਣੋ ਮੇਰੀ ਗੱਲ ਸੁਣੋ। ਤੁਸੀਂ ਆਪਣੇ ਪਤੀ ਪਰਮੇਸ਼ਰ ਦੀ ਮਦਦ ਕਰਨ ਨੂੰ ਤਿਆਰ ਹੋ ਜਾਂ ਨਹੀਂ? ਅਸੀਂ ਭਾਜੀ ਮੇਰੀ ਗੱਲ ਸੁਣੋ, ਅਸੀਂ 3 ਵਾਰੀ ਕਰ ਦਿੱਤੀ ਏ। ਜਦੋਂ ਮੇਰੇ ਬੱਚੇ ਰੋਂਦੇ ਸੀ ਰੋਟੀ ਤੋਂ, ਫੀਸਾਂ ਤੋਂ, ਸਕੂਲਾਂ ਤੋਂ ਕੁੱਟ ਪੈਂਦੀ ਸੀ, ਉਦੋਂ ਇਹਦਾ ਨਨਾਣਵੀਂ ਦੇ ਹੱਥੇ ਲੱਗੀ, ਇਹਨੇ ਵੀ ਨਹੀਂ ਦਿੱਤੇ। ਮੈਂ ਗੱਲ ਕਰ ਰਿਹਾ ਤੁਹਾਡੇ ਨਾਲ ਕਿ ਤੁਹਾਡੇ ਬੱਚੇ ਜਿਹੜੇ ਨੇ, ਸੁਣੋ ਮੇਰੀ ਗੱਲ, ਪਿਛਲੇ ਸਾਲ ਮੁੰਡੇ ਨੇ 2 ਵਾਰੀ ਭਾਜੀ ਲੱਤ ਜੜਾਈ ਆ। ਬਾਸੀ ਸਾਹਿਬ, ਤਿੰਨ ਜਾਣੇ ਸਕੂਟਰਾਂ ਦੇ ਉੱਤੇ ਘੁੰਮਦੇ ਸੀਗੇ, ਉਹ ਲੱਤ 3 ਵਾਰੀ ਜੜਾਈ, ਖਰਚਾ ਪਾਣੀ ਦਿੱਤਾ, ਜਿਹੜੇ ਮਕਾਨ ਚ ਕਿਰਾਇਆ ਵੀ ਕਮਰੇ ਦਾ ਦਿੱਤਾ, ਉਹ ਕਮਰੇ ਦੇ ਵਿੱਚ ਰਹਿ ਕੇ ਸ਼ਰਾਬਾਂ ਪੀਂਦੇ ਰਹੇ ਆ। ਹਸਪਤਾਲ ਦੇ ਵਿੱਚ ਸ਼ਰਾਬਾਂ ਪੀਂਦੇ ਰਹੇ, ਡਾਕਟਰ ਨੇ ਮੁੰਡੇ ਨੂੰ ਖੁਦ ਸੱਦ ਕੇ ਗਿਆ ਵਾ ਵੀ ਦੋਨੋਂ ਭਰਾ ਸ਼ਰਾਬਾਂ ਪੀਂਦੇ ਨੇ। ਤੁਸੀਂ ਆਪਣੇ ਨਾਲ ਆਪਣੇ ਪਤੀ ਨੂੰ ਕਿਉਂ ਨਹੀਂ ਰੱਖਦੇ? ਤੁਸੀਂ ਆਪਣੇ ਘਰ ਵਾਲੇ ਨੂੰ ਆਪਣੇ ਘਰ ਕਿਉਂ ਨਹੀਂ ਰੱਖਦੇ? ਇੱਕ ਮਿੰਟ ਸੁਣੋ, ਆ ਰੱਖਣ ਵਾਲੀਆਂ ਆਦਤਾਂ ਤਾਂ ਹੋਣ, ਸ਼ਰਾਬਾਂ ਪੀ ਕੇ ਮੈਂ ਰੋਜ਼ ਦਿਹਾੜੀ ਮਾਰ ਕੁਟਾਈ ਕਰਾਂ, ਮੈਂ ਗੰਦਮੰਦ ਇਹਦੇ ਕੋਲੋਂ ਸੁਣਾ। ਦੁਕਾਨ ਵੇਚ ਕੇ ਇਹਦੇ ਨਾਨੇ ਨੇ, ਇਹਦੇ ਨਾਨੇ ਨੇ ਮੈਨੂੰ ਕਹਿੰਦਾ ਵੀ ਤੈਨੂੰ ਇੱਕ ਨਹੀਂ ਦੇਣੀ, ਇਹਦੇ ਨਾਨੇ ਨੇ ਇਹਨੂੰ ਦਿੱਤਾ ਮਕਾਨ। ਸ਼ਰਾਬੀ ਹੈ ਤੇ ਤਿੰਨੋਂ ਮੁੰਡੇ ਸ਼ਰਾਬੀ ਸੀਗੇ, ਬੱਚੇ ਪਾਲੇ ਨੇ, ਫਿਰ ਵੀ ਬੱਚਿਆਂ ਨੇ ਬਾਹਰ ਵਾਲੇ ਮੁੰਡੇ ਨੇ 4-5 ਵਾਰੀ ਇਹਨੂੰ ਪੈਸੇ। ਜਸਵੰਤ ਸਿੰਘ ਨੇ ਆਪਣੀ ਜ਼ਿੰਦਗੀ ਵਿੱਚ ਆਪਣੇ ਬੱਚੇ ਨੂੰ ਪਾਲਿਆ ਨੀ ਗਾ? ਬੱਚਿਆਂ ਨੂੰ ਮੈਂ ਮਿਹਨਤਾਂ ਕਰਕੇ, ਸਕੂਲਾਂ ਕਾਲਜਾਂ ਦੇ ਵਿੱਚ ਮਿਹਨਤਾਂ ਕਰਕੇ, ਮੈਂ ਕੀ ਨਾਨੀ ਉਹਦਾ ਮਿਹਨਤਾਂ ਕਰ ਕਰਕੇ, ਬੱਚਿਆਂ ਦੀ ਮਿਹਨਤ ਕਰ ਕਰਕੇ ਬੇਨਤੀ ਕਰਦੇ ਕਿ ਤੁਹਾਡੇ ਪਤੀ ਜੋ ਪਿੱਛੇ ਹੋ ਗਿਆ, ਤੁਸੀਂ ਆਪਣੇ ਬੱਚਿਆਂ ਨੂੰ ਕੱਲ ਨੂੰ ਕਹੋ ਕਿ ਹਸਪੀਟਲ ਜਾਣ, ਔਰ ਇਸ ਵੇਲੇ ਉਹਨਾਂ ਦੀ ਤਰਸਯੋਗ ਜਿਹੜੀ ਆ ਹਾਲਤ ਹੈ ਔਰ ਬਹੁਤ ਵੱਡੀ ਸਮੱਸਿਆ ਦਾ ਸਾਹਮਣਾ ਕਰ ਰਹੇ ਨੇ। ਕਿਰਾਏ ਤੇ ਰਹਿੰਦੀ ਆ, ਤੁਸੀਂ ਮੇਰਾ ਮਕਾਨ ਦੇਖੋ, ਟੁੱਟਾ ਹੋਇਆ ਮਕਾਨ ਹੈ ਮੇਰਾ, ਜਿਹੜੇ ਮਕਾਨ 'ਚ ਮੈਂ ਕਿਰਾਏ ਤੇ ਰਹਿੰਦੀ ਆ। ਇਹ ਕਿਰਾਏ ਤੇ ਜੋ ਤੁਹਾਡਾ ਆਪਣਾ ਖਰੀਦਿਆ ਹੋਇਆ ਹੈ? ਇਹ ਕਿਰਾਏ ਤੇ ਜੋ ਤੁਹਾਡਾ ਖਰੀਦਿਆ ਹੋਇਆ ਮਕਾਨ ਹੈ? ਕਿਰਾਏ ਤੇ 4000 ਰੁਪਈਆ, 5000 ਕਿਰਾਇਆ ਦਿੰਦੀ ਆ ਮੈਂ। ਕਿਰਾਏਦਾਰ ਵੀ ਸਾਡੇ ਕੈਨੇਡਾ ਬੈਠੇ ਨੇ, ਕਹਿੰਦੇ ਜੇ ਤੁਹਾਡੀ ਗੱਲ ਕਰਾ ਦਿੰਦੇ ਆ ਵੀ ਕਿਰਾਇਆ ਕਿੰਨਾ ਦਿੰਦੇ ਆ। ਤੇ ਤੁਸੀਂ ਕਿਰਾਇਆ ਕਿੱਥੋਂ ਦਿੰਦੇ ਫਿਰ? ਕਿਰਾਏ ਤੇ ਰਹਿੰਦੀ ਆ, 35 ਸਾਲ 35 ਸਾਲ ਦਾ ਮੁੰਡਾ ਵੱਡਾ ਹੋ ਗਿਆ। ਤੁਸੀਂ 35 ਸਾਲ ਵਿੱਚ ਕੋਈ ਕੰਮ ਹੀ ਨਹੀਂ ਕੀਤਾ? ਦੇਖੋ ਕੀ ਹਾਲ ਹੋਇਆ ਪਿਆ ਵਾ, ਤੁਹਾਨੂੰ ਪਤਾ ਹੀ ਹੈ ਨਾ ਭਾਜੀ। ਨਾ ਤੁਹਾਡਾ ਡਿਬੇਟ, ਹਾਂਜੀ ਤੁਹਾਡਾ ਡਿਬੇਟ ਤਾਂ ਕੰਮ ਕਰਦਾ, ਇੰਡੀਆ ਵਿੱਚ ਕਿੰਨੇ ਪੈਸੇ ਕਮਾਉਂਦਾ ਆ? ਕੋਈ ਪੈਸੇ ਉੱਤੇ ਤੁਹਾਨੂੰ ਪਤਾ, ਮੈਂ ਤੁਹਾਡੇ ਆਪਣੇ ਖਰਚੇ ਨਹੀਂ ਮਾਨ ਇੰਡੀਆ ਚ, ਕਿਤੇ ਦੇਖੋ ਨੌਕਰੀ ਚ ਕਿੰਨੇ ਕੁ ਪੈਸੇ ਦੇਕਰ ਆਏ ਨਹੀਂ। ਜਿਹੜੇ ਦੋ ਬੱਚਿਆਂ ਦਾ ਬਾਪ ਮਾਰ ਛਮਾਰ ਸੀ ਆ, ਅਮਰਜੀਤ ਹੈ, ਦੋ ਬੱਚਿਆਂ ਤੋਂ ਜਨਮ ਦਿੱਤਾ, ਦੋ ਮੁੰਡੇ ਨੂੰ, ਇੱਕ ਧੀ ਨੂੰ, ਤੇ ਉਹਨਾਂ ਦਾ ਬਾਪ ਜਸਵੰਤ ਸਿੰਘ ਹੈ ਨਾ? ਕਿਸ ਨੇ ਹੀ ਭੇਜਿਆ ਭਾਜੀ, ਮੈਂ ਦੱਸੀ ਜਾਂਦੀ ਹਾਂ,
ਇਹਨੂੰ ਪੁੱਛੋ ਵੀ ਇਹ ਮਾਮੇ ਨੇ ਭੇਜਿਆ ਇਹ ਜਿਹੜਾ ਬੋਲਦਾ ਮੇਰੇ ਮਾਮੇ ਸੁਣੋ ਮੇਰੀ ਗੱਲ ਮੇਰੇ ਮਾਮੇ ਸਹੁਰੇ ਦੇ ਮੁੰਡੇ ਨੇ ਪੈਸੇ ਲਾਇਆ ਜਿੱਥੇ ਤਿੰਨ ਯਾਰ ਕੰਮ ਕਰ ਇੱਕ ਸੈਕਿੰਡ ਅਮਰਜੀਤ ਲਾਈਨ ਨੂੰ ਹੋਲਡ ਕਰ ਦਿਓ ਜੀ ਇੱਕ ਸੈਕਿੰਡ ਲਈ ਅਮਰਜੀਤ ਨੂੰ ਲਾਏ ਅਮਰਜੀਤ ਤੁਹਾਡੇ ਤੋਂ ਆਫ ਦੀ ਏਅਰ ਜਾ ਰਹੇ ਹਾਂ ਕਿਉਂਕਿ ਤੁਸੀਂ ਗੱਲ ਨਹੀਂ ਸੁਣਦੇ ਲਾਸਟ ਵਿੱਚ ਗਗਨ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਤੁਹਾਡੀ ਮਾਮੀ ਜਿਹੜੀ ਆ ਉਹ ਬਿਲਕੁਲ ਵੀ ਉਹਨਾਂ ਨੇ ਸੁਣਨੀ ਨਹੀਂ ਵਾਸੀ ਸਾਹਿਬ ਉਹਨਾਂ ਨੇ ਸੁਣਨੀ ਨਹੀਂ ਸ਼ੁਰੂ ਤੋਂ ਆਦਤ ਇੱਦਾਂ ਦੀ ਆ ਸਾਡਾ ਸਮਾਂ ਹੋ ਚੱਲਿਆ ਔਰ ਅਸੀਂ ਅੱਗੇ ਬੋਥ ਪਾਰਟੀ ਤੋਂ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਪੁਲਿਸ ਨਾਲ ਕੰਟੈਕਟ ਕਰਕੇ ਬੰਦੀ ਕਾਰਵਾਈ ਕੀਤੀ ਜਾ ਸਕੇ ਮਿਹਰਬਾਨੀ ਹਾਂਜੀ ਬਸ ਹੈਲੋ